ਵਾਸੀ ਸਾਰੇ ਯੋਗਦਾਨ ਪਾ ਰਹੇ ਹੈ ਤੇ ਅਸੀਂ ਇਹ ਜਿੰਨੀ ਵੀ ਇਕੱਠੀ ਹੋਊਗੀ ਕੌਂਸਲਰ ਸਾਹਿਬ ਦੇ ਹੁਣੇ ਘਰੇ ਦੇ ਕੇ ਆਵਾਂਗੇ ਤਾਂ ਕਿ ਉਹ ਜਿਹੜੇ ਸੁੱਤੇ ਹੋਏ ਨੇ ਜਾਦੇ ਬਣੇ ਆ ਕੋਈ ਕੰਮ ਨਹੀਂ ਹੋਇਆ ਡੱਕਾ ਨਹੀਂ ਤੋੜਿਆ ਇਲਾਕੇ 'ਚ ਨਾ ਸੀਵਰੇਜ ਠੀਕ ਹੈ ਜੀ ਇੱਥੇ ਸਵਿਮਿੰਗ ਪੂਲ ਸਾਰਾ ਲੁਧਿਆਣਾ ਹੀ ਬਣਿਆ ਸੀ ਇਹ ਇਲਾਕਾ ਤਾਂ ਡੁੱਬਣ ਵਾਲਾ ਹੀ ਹੋ ਗਿਆ ਸੀ ਘਰਾਂ 'ਚ ਪਾਣੀ ਵੜ ਗਿਆ ਬੁਰੀ ਹਾਲਤ ਹੋ ਗਈ ਸੀ ਅਸੀਂ ਹੁਣ ਮਜਬੂਰ ਹੋ ਕੇ ਆਏ ਹਾਂ ਵੀ ਸਾਡੀਆਂ ਸੜਕਾਂ ਨਹੀਂ ਬਣੀਆਂ ਨਾ ਸਾਡੇ ਕੋਈ ਸੀਵਰੇਜ ਠੀਕ ਹੋਇਆ ਹਜੇ ਤੱਕ ਨਾ ਉਹਨੂੰ ਕੋਈ ਸਹੀ ਕੀਤਾ ਗਿਆ ਅਸੀਂ ਜਿੰਨੀ ਵੀ ਇਕੱਠੀ ਹੋਊਗੀ ਉਹਨੇ ਘਰੇ ਦੇ ਕੇ ਆਵਾਂਗੇ ਤੇ ਅਸੀਂ ਕਹਾਂਗੇ ਸਾਡਾ ਹੀ ਯੋਗਦਾਨ ਹੈ ਤੁਹਾਡੇ ਫੰਡ 'ਚ ਵੀ ਤੁਸੀਂ ਘੱਟੋ ਘੱਟ ਇਹ ਨਾ ਹੁਣ ਕਿਹੋ ਵੀ ਸਾਡੇ ਕੋਲ ਫੰਡ ਹੈ ਨਹੀਂ ਅਸੀਂ ਤਾਂ ਯੋਗਦਾਨ ਪਾਉਣ ਲੱਗੇ ਤੁਹਾਨੂੰ ਲੱਗਦਾ ਕਿ ਸਰਕਾਰ ਸੁੱਤੀ ਸਰਕਾਰ ਜਾਗੇਗੀ ਜੀ ਇਹਦਾ ਉਮੀਦ ਨਹੀਂ ਕਿਉਂਕਿ ਜੋ ਇਹਨਾਂ ਦੀ ਕਾਰਜਕਾਰੀ ਰਹੀ ਹੈ ਇਹਨਾਂ ਨੇ ਜਾਗਣਾ ਨਹੀਂ ਹੈ ਪਰ ਅਸੀਂ ਤਾਂ ਆਪਣਾ ਕੰਮ ਕਰਾਂਗੇ ਅਸੀਂ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ ਭੀਖ ਮੰਗ ਮੰਗ ਕੇ ਇਹਨਾਂ ਨੂੰ ਪੈਸੇ ਇਕੱਠੇ ਕਰ ਕਰਕੇ ਦੇਵਾਂਗੇ ਜਿੰਨੀ ਅਮਾਊਂਟ ਹੋਊਗੀ ਸੜਕਾਂ ਧਸ ਗਈਆਂ ਨੇ ਪੂਰੇ ਸ਼ਹਿਰ ਦੀਆਂ ਜੀ ਦੋ ਦਿਨ ਦੀ ਬਰਸਾਤ ਨੇ ਪੋਲ ਖੋਲ ਕੇ ਰੱਖੀ ਪ੍ਰਸ਼ਾਸਨ ਦੀ ਇਹ ਮੈਂ ਕਹਾਂ ਜਾਂ ਕੋਈ ਹੋਰ ਕਵੇ ਕੋਈ ਆਪਰੇਸ਼ਨ ਦਾ ਬੰਦਾ ਕਵੇ ਗੱਲ ਹੋਰ ਹੈ ਇਹ ਤਾਂ ਰਕੇਸ਼ ਪੰਡੇ ਆਪ ਕਹਿੰਦਾ ਵੀ ਫੇਲ ਹੈ ਉਹਨਾਂ ਦਾ ਐਮਐਲਏ ਕਹਿੰਦਾ ਨਵਜੋਤ ਸਿੱਧੂ ਕਹਿੰਦਾ ਐਮਐਲਏ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਜਿਨ੍ਹਾਂ ਨੂੰ ਧਰਨਾ ਲਾਣਾ ਪੈ ਰਿਹਾ ਆਪਣੀ